ਸਤਿ ਸ਼੍ਰੀ ਅਕਾਲ ਜੀ। ਹਾਂਜੀ, ਅੱਜ ਆਪਾਂ ਕਮੀਜ਼ ਦੀ ਕਟਿੰਗ ਕਰਾਂਗੇ, ਠੀਕ ਹੈ ਜੀ। ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ, ਔਰ ਲਾਈਕ ਸ਼ੇਅਰ ਜ਼ਰੂਰ ਕਰਿਓ, ਠੀਕ ਹੈ ਜੀ। ਆਪਣੇ ਕੋਲ ਇਹ ਕਮੀਜ਼ ਦੇ ਜਿਹੜਾ ਪ੍ਰਿੰਟ ਆ, ਇਹਦਾ ਅੱਗੇ ਵੀ ਪ੍ਰਿੰਟ ਆ ਔਰ ਪਿੱਛੇ ਵੀ ਪ੍ਰਿੰਟ ਆ, ਠੀਕ ਹੈ ਜੀ। ਜਿਹੜੇ ਇਹਦੇ ਫੁੱਲ ਆ ਉਹ ਅੱਗੇ ਪਿੱਛੇ ਨੇ, ਆਪਾਂ ਇਸ ਲਈ ਇਹਨੂੰ ਬਾਰਡਰ ਤੋਂ ਮਤਲਬ ਕਿ ਇਹਦੇ ਦੋਨੇ ਪਾਸੇ ਬਾਰਡਰ ਆ, ਠੀਕ ਹੈ ਜੀ। ਅਤੇ ਆਪਾਂ ਉੱਥੋਂ ਘੇਰੇ ਨੂੰ ਡਬਲ ਕਰ ਲਿਆ। ਸਭ ਤੋਂ ਪਹਿਲਾਂ ਆਪਾਂ ਇੱਕ ਪੱਲਾ ਉਤਾਰਾਂਗੇ, ਉਸ ਤੋਂ ਬਾਅਦ ਆਪਾਂ ਦੂਜਾ ਪੱਲਾ ਉਤਾਰਾਂਗੇ, ਠੀਕ ਹੈ ਜੀ। ਹੁਣ ਆਪਾਂ ਇਸਦਾ ਘੇਰਾ ਦੇਖਾਂਗੇ। ਘੇਰਾ ਆਪਾਂ ਜਿਵੇਂ ਇਹਦੀ ਹਿੱਪ ਜ਼ਿਆਦਾ ਹੋਵੇ ਜਾਂ ਛਾਤੀ ਤੋਂ ਜ਼ਿਆਦਾ ਹੋਵੇ, ਜਿਹੜੀ ਮਤਲਬ ਜ਼ਿਆਦਾ ਪਏ, ਉਸ ਤੋਂ ਆਪਾਂ ਨੇ ਜਿਹੜਾ ਇਹਦਾ ਘੇਰੇ ਦਾ ਨਿਸ਼ਾਨ ਲਗਾਉਣਾ ਹੁੰਦਾ ਹੈ, ਠੀਕ ਹੈ ਜੀ। ਜਿਵੇਂ ਹੁਣ ਇਹ ਇਹਦੀ ਹਿੱਪ ਜ਼ਿਆਦਾ ਆ, 25 ਇੰਚ ਹਿੱਪ, ਆਪਾਂ ਉਸ ਦੇ ਅਕੋਰਡਿੰਗ ਘੇਰਾ ਲਾਵਾਂਗੇ, ਠੀਕ ਹੈ ਜੀ। ਆਪਾਂ ਜਿਹੜਾ ਘੇਰਾ ਉਹ ਆਪਾਂ 1 ਇੰਚ ਘੱਟ ਰੱਖਾਂਗੇ, ਆਪਾਂ 24 ਇੰਚ ਰੱਖਾਂਗੇ। ਇਹ ਆਪਾਂ 4 ਇੰਚ ਵੱਧ ਲਿਆ ਹੈ ਘੇਰਾ, ਠੀਕ ਹੈ ਜੀ। ਉਸ ਤੋਂ ਬਾਅਦ ਆ ਗਈ ਆਪਣੀ ਲੰਬਾਈ, ਠੀਕ ਹੈ ਜੀ। ਲੰਬਾਈ ਜਿਹੜੀ ਆਪਣਾ ਪੱਲਾ, ਆਪਾਂ ਉਹ ਨੀਚੇ ਜਿਹੜਾ ਅਲੱਗ ਤੋਂ ਪੱਟੀ ਲਗਾ ਕੇ ਮੁੜਨਾ ਹੈ, ਕਿਉਂਕਿ ਇਹ ਇਹਦੇ ਨੀਚੇ ਕੱਪੜਾ ਨਹੀਂ ਹੈਗਾ, ਨੀਚੇ ਬਾਰਡਰ ਆ, ਠੀਕ ਹੈ ਜੀ। ਇਸ ਲਈ ਆਪਾਂ ਲੰਬਾਈ ਸਿਰਫ ਆਪਾਂ 1 ਇੰਚ ਵੱਧ ਲਵਾਂਗੇ, ਠੀਕ ਹੈ ਜੀ। 40 ਇੰਚ ਲੰਬਾਈ ਹੈ ਆਪਣੇ ਕੋਲ, ਇਹ ਆਪਾਂ 1 ਇੰਚ ਵੱਧ ਲਵਾਂਗੇ। 41 ਇੰਚ ਆਪਾਂ ਇਹਨੂੰ ਕਟਾਈ ਕਰਾਂਗੇ, ਠੀਕ ਹੈ ਜੀ। 41 ਇੰਚ ਦੇ ਹਿਸਾਬ ਨਾਲ ਆਪਾਂ ਇਹ ਪੱਲਾ ਪਹਿਲਾਂ ਇੱਕ ਉਤਾਰ ਲੈਣਾ, ਦੇਖੋ, ਠੀਕ ਹੈ ਜੀ। ਇਹ ਆਪਣਾ ਫਰੰਟ ਵਾਲਾ ਪੱਲਾ ਹੋ ਗਿਆ। ਸਾਈਡ 'ਤੇ ਦੇਖੋ ਆਪਣੇ ਇਹ ਬਾਹਾਂ ਦਾ ਬਾਰਡਰ, ਇਹ ਤੋਂ ਬਚਾ ਕੇ ਆਪਾਂ ਨੇ ਇਹਦੀ ਜਿਹੜੀ ਕਟਾਈ ਕਰਨੀ ਆ। ਇੱਕ ਸਾਈਡ ਤੋਂ ਪਹਿਲਾਂ ਆਪਾਂ ਦੋਨੋਂ ਪੱਲੇ ਉਤਾਰ ਲੈਣੇ ਆ, ਇਸ ਤਰ੍ਹਾਂ। ਪਹਿਲਾਂ ਇੱਕ ਪੱਲਾ ਉਤਾਰ ਲਿਆ, ਦੇਖੋ, ਠੀਕ ਹੈ ਜੀ। ਆਹ ਸਾਈਡ 'ਤੇ ਹੁਣ ਇਹ ਬਾਹਾਂ ਦਾ ਬਾਰਡਰ ਆ, ਦੇਖੋ, ਆਹ ਪਿਛਲਾ ਪੱਲਾ ਆ, ਠੀਕ ਹੈ ਜੀ। ਆਹ ਦੇਖੋ, ਆਹ ਪਿਛਲੇ ਪੱਲੇ ਦਾ ਬਾਰਡਰ ਆ। ਉਸ ਨਾਲ ਉਸੇ ਤਰ੍ਹਾਂ ਆਪਾਂ ਇਹ ਪਿਛਲਾ ਪੱਲਾ ਵੀ ਉਤਾਰ ਲਾਂਗੇ, ਠੀਕ ਹੈ ਜੀ। ਇਹ ਵੀ ਇਸੇ ਤਰ੍ਹਾਂ ਪੱਟੀ ਲਾ ਕੇ ਮੁੜਨਾ ਆ, 41 ਇੰਚ ਦੇ ਹਿਸਾਬ ਨਾਲ ਆਪਾਂ ਇਹਨੂੰ ਉਤਾਰ ਲੈਣਾ ਆ। ਠੀਕ ਹੈ ਜੀ, ਲਓ ਜੀ। ਇਹ ਕਮੀਜ਼ ਆਪਾਂ ਜਿਵੇਂ 21.5 ਛਾਤੀ ਹੈ ਇਹਦੀ, ਔਰ 19.5 ਕਮਰ ਇਹਦੀ, 25 ਇੰਚ ਹਿੱਪ ਦੇ ਹਿਸਾਬ ਨਾਲ ਆਪਾਂ ਨੇ ਇਹਦੀ ਕਟਿੰਗ ਕਰਨੀ ਆ, ਠੀਕ ਹੈ ਜੀ। ਲਓ ਜੀ, ਆਪਾਂ ਦੋਨੋਂ ਪੱਲੇ ਉਤਾਰ ਲਏ। ਆਹ ਆਪਣੀਆਂ ਬਾਹਾਂ ਨੇ, ਦੇਖੋ, ਠੀਕ ਹੈ ਜੀ। ਬਾਹਾਂ ਦੇ ਮਤਲਬ ਕਿ ਇੱਕ ਸਾਈਡ 'ਤੇ ਬਾਰਡਰ ਆ, ਦੂਜੇ ਪਾਸੇ ਇਹ ਪਲੇਨ ਬਾਹਾਂ ਨੇ। ਆਹ ਦੇਖੋ, ਆਪਾਂ ਪਹਿਲਾਂ ਅਲੱਗ ਅਲੱਗ ਕਰ ਲਾਂਗੇ ਇਹ ਬਾਰਡਰ ਨੂੰ, ਠੀਕ ਹੈ ਜੀ। ਦੋਨੇ ਬਾਹਾਂ ਦਾ ਕੱਪੜਾ ਹੈ ਆਪਣੇ ਕੋਲ, ਠੀਕ ਹੈ ਜੀ। ਕਮੀਜ਼ ਦੀ ਸਾਈਡ 'ਤੇ ਅਸੀਂ ਕੱਪੜਾ ਹੈ ਇਸ ਤਰ੍ਹਾਂ। ਆਹ ਦੇਖੋ, ਦੋਨੋਂ ਆਪਾਂ ਅਲੱਗ ਅਲੱਗ ਕਰ ਲਈਏ ਇਸ ਤਰ੍ਹਾਂ ਨਾਪ ਕੇ। ਆਹ ਦੇਖੋ, ਠੀਕ ਹੈ ਜੀ। ਇੱਕ ਸਾਈਡ 'ਤੇ ਬਾਰਡਰ ਆ, ਦੂਜੇ ਪਾਸੇ ਪਲੇਨ, ਇਸ ਤਰ੍ਹਾਂ ਡਬਲ ਕਰਕੇ ਆਪਾਂ ਇਹਨੂੰ, ਠੀਕ ਹੈ ਜੀ, ਜਿਹੜਾ ਆਹ ਪਿੱਛੇ ਵਾਲਾ ਕੱਪੜਾ ਨੂੰ ਆਪਾਂ ਇਹਦੇ ਜੋੜ ਲਗਾ ਕੇ ਫਿਰ ਕਟਿੰਗ ਕਰਾਂਗੇ, ਠੀਕ ਹੈ ਜੀ। ਇਹ ਵੀ ਤੁਹਾਨੂੰ ਦੱਸਾਂਗੇ ਆਪਾਂ ਕਿੱਦਾਂ ਜੋੜ ਲਗਾਇਆ, ਕਿੱਦਾਂ ਆਪਾਂ ਕਟਿੰਗ ਕਰੀ ਇਹਨਾਂ ਦੀ। ਹਾਂਜੀ, ਹੁਣ ਸਭ ਤੋਂ ਪਹਿਲਾਂ ਆਪਾਂ ਤੀਰੇ ਦਾ ਨਿਸ਼ਾਨ ਲਗਾਵਾਂਗੇ, ਠੀਕ ਹੈ ਜੀ। ਇਹ ਕਮੀਜ਼ ਆਪਾਂ ਉਸ ਤਰ੍ਹਾਂ ਕਟਿੰਗ, ਜਿਨ੍ਹਾਂ ਦੇ ਮੋਢੇ ਗਿਰਦੇ ਨੇ ਜਾਂ ਗਲਾ ਪਿੱਛੇ ਨੂੰ ਜਾਂਦਾ, ਆਪਾਂ ਉਸ ਹਿਸਾਬ ਨਾਲ ਕਟਿੰਗ ਕਰਨੀ ਹੈ, ਠੀਕ ਹੈ ਜੀ। ਪਿੱਛੇ ਆਪਾਂ ਨੇ 1/2 ਇੰਚ ਵਧਾ ਕੇ ਇਹਨੂੰ ਰੱਖਿਆ ਹੋਇਆ ਪਹਿਲਾਂ ਹੀ, ਠੀਕ ਹੈ ਜੀ। ਤੀਰਾ ਆਪਾਂ ਜਿਵੇਂ ਇਹਦਾ ਲਾਵਾਂਗੇ, ਇਹ ਤਾਂ ਆਪਾਂ ਗਲਾ ਜਿਹੜਾ 5 ਇੰਚ ਤਿਆਰ ਕਰਨਾ ਆ, ਠੀਕ ਹੈ ਜੀ। 6.5 ਆਪਾਂ ਤੀਰਾ ਲਾਇਆ ਆ, ਠੀਕ ਹੈ ਜੀ। 6.5 ਤੀਰੇ ਦੇ ਵਿੱਚ ਤੁਸੀਂ 5, 6, 7 ਤੱਕ ਗਲਾ ਬਣਾ ਸਕਦੇ ਹੋ, ਠੀਕ ਹੈ ਜੀ। ਮੋਢਾ ਆਪਾਂ ਲਾਵਾਂਗੇ 7 ਇੰਚ, ਠੀਕ ਹੈ ਜੀ।
ਮੋਢੇ ਦੀ ਲੰਬਾਈ ਆਪਾਂ 7 ਇੰਚ ਰੱਖੀ ਆ, ਠੀਕ ਹੈ ਜੀ। ਅੱਧਾ ਇੰਚ ਜਿਹੜਾ ਆਪਣਾ ਬੈਕ ਵਾਲਾ ਨਿਸ਼ਾਨ ਲਗਾਇਆ ਕੱਪੜਾ ਤਲ ਉੱਪਰ ਚੱਕ ਕੇ ਆਪਾਂ ਰੱਖਿਆ ਹੋਇਆ ਬੈਕ ਵਾਲਾ ਪੱਲਾ, ਉਸ ਤੋਂ ਉੱਪਰ, ਠੀਕ ਹੈ ਜੀ, ਜਿਹੜਾ ਉੱਪਰ ਵਾਲਾ ਪੱਲਾ ਆ ਉਹ ਤੋਂ ਆਪਾਂ ਨੇ 7 ਇੰਚ ਉਸਦਾ ਨਿਸ਼ਾਨ ਲਗਾਇਆ ਮੋਢੇ ਦਾ, ਠੀਕ ਹੈ ਜੀ। ਆਪਾਂ ਇਸ ਤਰ੍ਹਾਂ ਇਹ ਬੋਕਸ ਨੂੰ ਹੁਣ ਸਿੱਧਾ ਕਰ ਲੈਣਾ ਆ, ਠੀਕ ਹੈ ਜੀ। 6.5 ਇੰਚ ਤੀਰਾ ਔਰ 7 ਇੰਚ ਆਪਣਾ ਮੋਢੇ ਦਾ ਨਿਸ਼ਾਨ, ਠੀਕ ਹੈ ਜੀ। ਲਓ ਜੀ, ਇਹਦੇ ਵਿੱਚ ਨਾ ਤੁਹਾਡੇ ਮੋਢੇ ਡਿੱਗਣਗੇ, ਠੀਕ ਹੈ ਜੀ, ਨਾ ਤੁਹਾਡਾ ਜਿਹੜਾ ਆ ਗਲਾ ਪਿੱਛੇ ਨੂੰ ਜਾਊਗਾ, ਠੀਕ ਹੈ ਜੀ। ਪਲੇਟ ਆਪਾਂ ਲਾਵਾਂਗੇ 12 ਇੰਚ ਆਪਾਂ ਤਿਆਰ ਕਰਨੀ, ਆਪਾਂ 12.5 'ਤੇ ਨਿਸ਼ਾਨ ਲਗਾਉਣਾ ਹੈ, ਠੀਕ ਹੈ ਜੀ। ਹੁਣ ਪਹਿਲਾਂ ਆਪਾਂ ਮੋਢੇ ਦੀਆਂ ਕਾਟਾਂ ਪਾਵਾਂਗੇ, ਠੀਕ ਹੈ ਜੀ। ਹਾਂਜੀ, ਹੁਣ ਆਪਣੀ ਇਹ ਆ ਗਈ ਮੋਢੇ ਦੀਆਂ ਕਾਟਾਂ, ਠੀਕ ਹੈ ਜੀ। ਜਿਵੇਂ ਆਪਣੀ ਚੈਸਟ 21.5 ਇੰਚ ਆ, ਠੀਕ ਹੈ ਜੀ, ਆਪਾਂ ਇਹਨੂੰ 1 ਇੰਚ ਵਧਾ ਕੇ ਲਾਵਾਂਗੇ, 1.25 ਇੰਚ, ਠੀਕ ਹੈ ਜੀ, ਕਿਉਂਕਿ ਆਪਣੀ ਜਿਹੜੀ ਪਲੇਟ ਦੇ ਵਿੱਚ ਵੀ ਜਿਹੜਾ ਆਪਣਾ ਕੱਪੜਾ ਆਉਣਾ ਆ, ਠੀਕ ਹੈ ਜੀ। ਹੁਣ ਆ ਗਈ ਆਪਣੀ ਮੋਢੇ ਦੀ ਕਾਟ, ਦੇਖੋ ਮੋਢੇ ਦੀ ਕਾਟ, ਜੇ ਆਪਣਾ ਗਲਾ ਛੋਟਾ ਹੈ ਨਾ, ਦੇਖੋ 5 ਇੰਚ ਗਲਾ ਆਪਣਾ, ਠੀਕ ਹੈ ਜੀ, ਤਾਂ ਆਪਾਂ ਇਹ ਕਾਟ ਜਿਹੜੀ ਹੈ 2 ਇੰਚ ਤੋਂ ਪਾਵਾਂਗੇ, ਬੈਕ ਵਾਲੀ ਕਾਟ ਪਿੱਛੇ ਵਾਲੀ, ਠੀਕ ਹੈ ਜੀ। ਜੇ ਆਪਣਾ ਗਲਾ ਇਹ ਵੱਡਾ ਹੁੰਦਾ, ਠੀਕ ਹੈ ਜੀ, ਦੇਖੋ ਜੇ ਆਪਣਾ ਗਲਾ ਇਹ 6 ਇੰਚ ਹੋਵੇ, ਠੀਕ ਹੈ ਜੀ, 6 ਇੰਚ ਹੋਵੇ, 7 ਇੰਚ ਹੋਵੇ, ਠੀਕ ਹੈ ਜੀ, ਤਾਂ ਇਹ ਆਪਾਂ ਕਾਟ ਜਿਹੜੀ ਹੈ 1.5 ਇੰਚ ਰੱਖਣੀ ਹੈ, ਠੀਕ ਹੈ ਜੀ। ਕਿਉਂਕਿ ਮੈਂ ਅੱਗੇ ਵੀ ਇਹਦੇ ਐਕਸਟਰਾ ਕੱਪੜਾ ਕੱਟ ਲੈਂਦੀ ਹੁੰਦੀ ਹਾਂ, ਪਰ ਇਹ ਜਿਹੜੀ ਬੈਕ ਵਾਲੀ ਕਾਟ ਆ, ਜਿਹੜਾ ਐਕਸਟਰਾ ਕੱਪੜਾ ਨੂੰ ਉਤਾਰਿਆ ਕਰੋ, ਠੀਕ ਹੈ ਜੀ, 1.5 ਇੰਚ ਜਿਹੜੀ ਹੈ ਬੈਕ ਵਾਲੀ ਵੱਡੇ ਗਲੇ ਦੀ ਕਾਟ ਪਿੱਛੇ ਵਾਲੀ 1.5 ਇੰਚ ਤੋਂ ਪਾਇਆ ਕਰੋ, ਠੀਕ ਹੈ ਜੀ। ਕਿਉਂਕਿ ਜਦੋਂ ਨੀਚੇ ਜਾ ਕੇ ਆਪਣਾ ਗਲਾ ਫੈਲ ਜਾਂਦਾ, ਫਿਰ ਜਿਹੜਾ ਸਾਈਡ ਵਾਲਾ ਕੱਪੜਾ ਨਾ ਉਹ ਆਪਣਾ ਸਾਈਡਾਂ 'ਤੇ ਹੋ ਜਾਂਦਾ ਆ, ਠੀਕ ਹੈ ਜੀ। ਅਤੇ ਜਿਵੇਂ 5 ਇੰਚ 4 ਇੰਚ ਗਲੇ ਦੇ ਵਿੱਚ ਬੈਕ ਵਾਲੀ ਕਾਟ 2 ਇੰਚ ਤੋਂ ਪਾਇਆ ਕਰੋ, ਠੀਕ ਹੈ ਜੀ। ਇਹ ਆਪਾਂ 2 ਇੰਚ ਨਿਸ਼ਾਨ ਲਗਾ ਲਿਆ, ਕਿਉਂਕਿ ਇਹ ਨੋਰਮਲ ਗਲਾ ਆ, ਠੀਕ ਹੈ ਜੀ। ਹੁਣ ਆ ਗਈ ਆਪਣੀ ਫਰੰਟ ਵਾਲੀ ਕਾਟ, ਇਹ ਆਪਾਂ ਲਗਾਵਾਂਗੇ, ਜਿਵੇਂ ਹੁਣ ਇਹਦਾ ਫਰੰਟ ਸੀਗਾ 14 ਇੰਚ ਤਿਆਰ, ਠੀਕ ਹੈ ਜੀ, ਅਤੇ ਆਪਾਂ ਇਹ 14 ਇੰਚ ਦੇ ਹਿਸਾਬ ਨਾਲ ਕਾਟ ਦਾ ਨਿਸ਼ਾਨ ਲਗਾ ਲਿਆ, ਆਪਾਂ 1 ਇੰਚ ਵਧਾ ਕੇ, ਠੀਕ ਹੈ ਜੀ, 15 ਇੰਚ ਦੇ ਹਿਸਾਬ ਨਾਲ ਲਾ ਲਿਆ। ਇਹ ਆਪਣੀ ਅੱਗੇ ਵਾਲੀ ਕਾਟ ਜਿਹੜੀ ਆਪਣੀ 1 ਇੰਚ ਦੇ ਨਿਸ਼ਾਨ ਤੋਂ ਪਈ ਆ, ਠੀਕ ਹੈ ਜੀ। ਇੱਥੇ ਹੁਣ ਆਪਣੀਆਂ 12 ਇੰਚ 'ਤੇ ਆਪਾਂ ਪਲੇਟ ਤਿਆਰ ਕਰਨੀ, ਆਪਾਂ 12.5 ਰੱਖੇ ਆ, ਠੀਕ ਹੈ ਜੀ। ਜਿਹੜਾ ਆਪਾਂ ਪਲੇਟਾਂ ਦਾ ਇਹ ਫਰਕ ਰੱਖਣਾ, ਇਹ ਆਪਾਂ ਰੱਖਾਂਗੇ 3.5 ਇੰਚ, ਠੀਕ ਹੈ ਜੀ, 3.5 ਤੋਂ ਕੁਛ ਕੁ ਪੁਆਇੰਟ ਉੱਪਰ ਰੱਖਾਂਗੇ, ਠੀਕ ਹੈ ਜੀ, 1-2 ਪੁਆਇੰਟ ਉੱਪਰ ਰੱਖਿਆ 3.5 ਤੋਂ ਆਪਾਂ ਨੇ, ਠੀਕ ਹੈ ਜੀ। ਔਰ ਪਲੇਟ ਦੀ ਲੰਬਾਈ ਜਿਹੜੀ ਆਪਣੀ ਉਹ 7 ਇੰਚ ਹੋਊਗੀ, ਠੀਕ ਹੈ ਜੀ, ਕੋਈ ਘੱਟ ਪਹਿਨਦਾ ਆ ਕੋਈ ਜ਼ਿਆਦਾ ਪਹਿਨਦਾ, ਜਿਵੇਂ 6.5 ਵੀ ਹੋ ਸਕਦੀ ਹੈ, ਠੀਕ ਹੈ ਜੀ, ਪਰ ਇਹਨਾਂ ਦੀ 7 ਇੰਚ ਤੋਂ ਆਪਾਂ ਪਲੇਟ ਦੀ ਲੰਬਾਈ ਰੱਖੀ ਆ, ਠੀਕ ਹੈ ਜੀ। ਹਾਂਜੀ, ਹੁਣ ਜਿਹੜੀ ਆਪਣੀ ਸਾਈਡ ਪਲੇਟ ਆ, ਇਹ ਵਾਲਾ ਡਿਫਰੈਂਸ ਜਿਹੜਾ ਆਪਾਂ ਰੱਖਣਾ, ਇਹ 2 ਇੰਚ ਤੋਂ ਰੱਖਾਂਗੇ, ਠੀਕ ਹੈ ਜੀ, ਮੋਢੇ ਤੋਂ 2 ਇੰਚ, ਸਾਈਡ ਤੋਂ ਵੀ 2 ਇੰਚ, ਠੀਕ ਹੈ ਜੀ, ਸੇਮ ਡਿਫਰੈਂਸ ਹੋਵੇ, ਦੇਖੋ, ਠੀਕ ਹੈ ਜੀ। ਇੱਥੇ ਆਪਾਂ ਪਲੇਟ ਦਾ ਸੈਂਟਰ ਕਰਕੇ ਦੇਖਿਆ, ਠੀਕ ਹੈ ਜੀ, ਇਹ 16 ਇੰਚ 'ਤੇ ਆ ਰਿਹਾ ਆ, ਠੀਕ ਹੈ ਜੀ।
ਹੁਣ ਇੱਥੋਂ ਆਪਾਂ ਜਿਹੜਾ 8 ਇੰਚ ਦਾ ਨਿਸ਼ਾਨ ਲਗਾ ਲੈਣਾ ਇਸ ਤਰ੍ਹਾਂ। ਜਿਹੜਾ ਆਪਾਂ ਸਾਈਡ ਵਾਲੀ ਪਲੇਟ ਦੀ ਜਿਹੜੀ ਆਪਾਂ ਮਾਰਕਿੰਗ ਕਰਨੀ ਆ ਉਹ ਆਪਾਂ 8 ਇੰਚ ਤੋਂ ਕਰਾਂਗੇ, ਠੀਕ ਹੈ ਜੀ। ਲਓ ਜੀ ਹੁਣ ਆਪਾਂ ਪਲੇਟਾਂ ਇਸ ਤਰ੍ਹਾਂ ਸਿੱਧੀਆਂ ਕਰ ਲਾਂਗੇ, ਠੀਕ ਹੈ ਜੀ। ਇਸੇ ਤਰ੍ਹਾਂ ਮੋਢੇ ਵਾਲੀ ਪਲੇਟ ਵੀ ਸਿੱਧੀ ਕਰ ਲਾਂਗੇ। ਲਓ ਜੀ ਹੁਣ ਆਪਣਾ ਜਿਹੜਾ ਇਹ ਨਿਸ਼ਾਨ ਲੱਗ ਗਿਆ, ਠੀਕ ਹੈ ਜੀ। ਹੁਣ ਆਪਾਂ ਸਾਈਡ ਸਿਲਾਈ ਦਾ ਵੀ ਨਿਸ਼ਾਨ ਦੱਸਾਂਗੇ ਤੁਹਾਨੂੰ, ਜਿਵੇਂ ਹੁਣ ਇਹ ਆਪਣਾ ਇੱਥੇ ਕਮਰ ਦਾ ਨਿਸ਼ਾਨ ਆਊਗਾ, ਠੀਕ ਹੈ ਜੀ। ਕਮਰ ਦਾ ਨਿਸ਼ਾਨ ਆਪਾਂ ਲਗਾਵਾਂਗੇ 7 ਇੰਚ ਤੋਂ, ਠੀਕ ਹੈ ਜੀ। ਇਹ ਆਪਣੀ 19.5 ਮਤਲਬ ਕਮਰ ਤਿਆਰ ਆ, ਠੀਕ ਹੈ ਜੀ। ਆਪਾਂ 10.5 ਤੋਂ ਅਤੇ ਵਧਾ ਕੇ ਰੱਖਾਂਗੇ, ਕਿਉਂਕਿ ਆਪਾਂ ਜਿਹੜਾ ਕੱਪੜਾ ਆਪਣਾ 1/2 ਇੰਚ ਪਲੇਟ ਵਿੱਚ ਵੀ ਆਉਣਾ ਆ, ਠੀਕ ਹੈ ਜੀ। ਦੋਨਾਂ ਸਾਈਡਾਂ ਤੋਂ 1/2 ਇੰਚ, ਇਸ ਲਈ ਆਪਾਂ ਨੇ ਇਹਨੂੰ 11 ਇੰਚ 'ਤੇ ਆਪਾਂ ਨਿਸ਼ਾਨ ਲਗਾ ਲਾਂਗੇ ਇਹਦਾ, ਠੀਕ ਹੈ ਜੀ। 10.5 10.5 'ਤੇ ਨਿਸ਼ਾਨ ਲਗਾਵਾਂਗੇ ਆਪਾਂ ਇਹਦਾ। ਲਓ ਜੀ ਕਮਰ ਆਪਣੀ 19.5 ਤਿਆਰ ਆ, ਠੀਕ ਹੈ ਜੀ। ਹੁਣ ਆ ਗਿਆ ਆਪਣਾ ਹਿੱਪ ਦਾ ਨਿਸ਼ਾਨ, ਠੀਕ ਹੈ ਜੀ। ਜਿਹੜੀ ਆਪਾਂ ਸਾਈਡ ਸਿਲਾਈ ਹੈ ਪਹਿਲਾਂ ਆਪਾਂ ਉਹ ਦੇਖਾਂਗੇ, ਉਹ ਆਪਾਂ 14 ਇੰਚ ਤਿਆਰ ਕਰਨੀ ਆ। ਆਪਾਂ 1 ਇੰਚ ਵੱਧ ਰੱਖ ਲਿਆ ਇਹਨੂੰ, 15 ਇੰਚ ਆਪਾਂ ਨਿਸ਼ਾਨ ਲਗਾ ਲਿਆ, ਠੀਕ ਹੈ ਜੀ। ਹੁਣ ਆਪਾਂ ਹਿੱਪ ਦਾ ਨਿਸ਼ਾਨ ਲਗਾਵਾਂਗੇ, ਹਿੱਪ ਆਪਣੀ 25 ਇੰਚ ਤਿਆਰ ਆ, ਆਪਾਂ 12.5 'ਤੇ ਨਿਸ਼ਾਨ ਲਗਾਵਾਂਗੇ, ਠੀਕ ਹੈ ਜੀ। ਮਤਲਬ ਜਦੋਂ ਹਿੱਪ ਜ਼ਿਆਦਾ ਹੋਵੇ ਨਾ, ਠੀਕ ਹੈ ਜੀ, ਉਦੋਂ ਘੇਰਾ ਮਤਲਬ 1 ਇੰਚ ਘਟਾ ਕੇ ਲਾਇਆ ਕਰੋ, ਠੀਕ ਹੈ ਜੀ। ਜ਼ਿਆਦਾ ਮਤਲਬ ਫਿਰ ਮਤਲਬ ਕਿ ਉੱਪਰ ਜਿਹੜੀ ਉੱਪਰ ਵਾਲੀ ਫਿਟਿੰਗ ਆਪਣੀ ਸਹੀ ਨਹੀਂ ਲੱਗਦੀ ਹੈਗੀ, ਠੀਕ ਹੈ ਜੀ। ਇੱਥੇ ਆ ਗਿਆ ਆਪਣਾ 3 ਇੰਚ ਦੇ ਅਪਰ ਬ੍ਰੈਸ ਦਾ ਨਿਸ਼ਾਨ, ਜਿਹੜਾ ਪਛਾਤੀ ਦੇ ਨਿਸ਼ਾਨ ਤੋਂ ਥੱਲੇ ਲਾਉਂਦੇ ਹੁੰਦੇ ਹਾਂ, ਠੀਕ ਹੈ ਜੀ। ਉਹ ਆਪਾਂ ਲਗਾਇਆ 3 ਇੰਚ ਤੋਂ, ਠੀਕ ਹੈ ਜੀ। ਇਹ ਆਪਾਂ 1/2 ਇੰਚ ਵਧਾ ਕੇ ਲਾਇਆ ਆ। ਜਿਹੜੇ ਮਤਲਬ ਬਿਲਕੁਲ ਤੁਸੀਂ ਪ੍ਰੋਪਰ ਫਿਟਿੰਗ ਵਾਲੇ ਮਤਲਬ ਕਿ ਸੂਟ ਪਾਉਣਾ ਹੈ, ਠੀਕ ਹੈ ਜੀ, ਉਹ ਤੁਸੀਂ ਉੱਪਰ ਤੋਂ 1/2 ਇੰਚ ਘਟਾ ਕੇ ਲਾਇਆ ਕਰੋ, ਠੀਕ ਹੈ ਜੀ। ਉਹਦੇ ਨਾਲ ਬਿਲਕੁਲ ਐਨ ਫਿੱਟ ਫਿਟਿੰਗ ਬਣਦੀ ਹੈ, ਠੀਕ ਹੈ ਜੀ। ਇਹ ਆਪਾਂ ਮਤਲਬ ਠੀਕ ਠੀਕ ਫਿਟਿੰਗ ਵਾਲਾ ਬਣਾਉਣਾ ਹੈ ਸੂਟ, ਠੀਕ ਹੈ ਜੀ, ਕਿਉਂਕਿ ਹੁਣ ਗਰਮੀ ਦੇ ਹਿਸਾਬ ਨਾਲ। ਹਾਂਜੀ ਪਲੇਟਾਂ ਦਾ ਆਪਾਂ ਸੈਂਟਰ ਕਰ ਲਿਆ 3.5, ਠੀਕ ਹੈ ਜੀ। ਹੁਣ ਆ ਗਿਆ ਆਪਣਾ ਘੇਰੇ ਦਾ ਨਿਸ਼ਾਨ, ਦੇਖੋ, ਠੀਕ ਹੈ ਜੀ। ਘੇਰਾ ਆਪਾਂ ਕਰਾਂਗੇ ਹੁਣ 24 ਇੰਚ ਤਿਆਰ, ਠੀਕ ਹੈ ਜੀ, ਕਿਉਂਕਿ ਹਿੱਪ ਤੋਂ ਹਿੱਪ ਆਪਣੀ 25 ਆ, ਆਪਾਂ 1 ਇੰਚ ਘਟਾ ਕੇ ਲਾਵਾਂਗੇ ਘੇਰਾ, ਠੀਕ ਹੈ ਜੀ। ਹਾਂਜੀ ਆ ਸਕੇਲ ਨਾਲ ਆਪਾਂ ਦੇਖ ਲੈਣਾ ਆਪਣਾ ਇਹ 2 ਇੰਚ ਦਾ ਫਰਕ ਹੁੰਦਾ ਆ, ਠੀਕ ਹੈ ਜੀ। ਇਹ ਆਪਣਾ ਆ ਗਿਆ ਚਾਕ ਫੋਲਡਿੰਗ ਦਾ, ਠੀਕ ਹੈ ਜੀ, ਨਿਸ਼ਾਨ ਲੱਗ ਗਿਆ। ਜਿਹੜਾ ਸਾਈਡ 'ਤੇ ਕੱਪੜਾ ਆਪਾਂ ਉਹਨੂੰ ਐਕਸਟਰਾ ਕਟਾਈ ਕਰ ਦਾਂਗੇ, ਠੀਕ ਹੈ ਜੀ। ਇੱਥੇ ਆਪਾਂ 2-2 ਇੰਚ ਵੱਧ ਕੱਪੜਾ ਰੱਖ ਕੇ ਬਾਕੀ ਕੱਪੜਾ ਜਿਹੜਾ ਆਪਾਂ ਉਤਾਰ ਦਾਂਗੇ, ਠੀਕ ਹੈ ਜੀ। ਲਓ ਜੀ ਹੁਣ ਆਪਾਂ ਇਹਦੀ ਕਟਿੰਗ ਕਰ ਦਾਂਗੇ, ਠੀਕ ਹੈ ਜੀ। ਸਭ ਤੋਂ ਪਹਿਲਾਂ ਆਪਾਂ ਜਿਹੜੇ ਬੈਕ ਵਾਲਾ ਮੋਢਾ ਆਪਣਾ ਉਹਦੀ ਕਟਾਈ ਕਰਾਂਗੇ ਆਪਾਂ, ਠੀਕ ਹੈ ਜੀ। ਉੱਪਰ ਤੋਂ ਆਪਾਂ ਨੇ ਨਾ ਬਿਲਕੁਲ 1/2 ਤੋਂ ਵੀ 1/2 ਦੇ ਮਤਲਬ ਕਿ ਜਿਹੜੀ ਕਾਟ ਪਾਉਣੀ ਆ, ਠੀਕ ਹੈ ਜੀ। ਡੀਪ ਗਲੇ ਵੀ ਤੁਸੀਂ ਨਹੀਂ ਕਾਟ ਪਾਉਣੀ ਹੈਗੀ, ਜਿਵੇਂ ਹੁਣ ਇਹ ਆਪਣੇ ਕੋਲ 5 ਇੰਚ ਗਲਾ ਆ, ਠੀਕ ਹੈ ਜੀ। ਆਪਾਂ ਬਿਲਕੁਲ ਹਲਕੀ ਜਿਹੀ ਕਾਟ ਪਾਉਣੀ ਹੈ ਇਹਨੂੰ। ਹਾਂਜੀ ਹੁਣ ਪਹਿਲਾਂ ਆਪਾਂ ਦੋਨੋਂ ਪੱਲੇ ਕੱਟ ਲਾਂਗੇ, ਅੱਗੇ ਵਾਲੀ ਕਾਟ ਆਪਾਂ ਬਾਅਦ 'ਚੋਂ ਪਾਵਾਂਗੇ, ਠੀਕ ਹੈ ਜੀ।
ਬੈਕ ਅਤੇ ਫਰੰਟ ਪਹਿਲਾਂ ਆਪਾਂ ਇਕੱਠੇ ਕੱਟ ਦਾਂਗੇ, ਕਿਉਂਕਿ ਅੱਗੇ ਵਾਲੇ ਕੱਟ ਆਪਾਂ ਬਾਅਦ 'ਚੋਂ ਜਿਹੜੀ ਆਪਣੀ ਰਹਿ ਜੂਗੀ ਉਹ ਆਪਾਂ ਕਟਿੰਗ ਕਰ ਦਾਂਗੇ। ਠੀਕ ਹੈ ਜੀ, ਇੱਥੋਂ ਆਪਾਂ ਬਿਲਕੁਲ ਹਲਕੀ ਹਲਕੀ ਜਿਹੀ ਕੱਟ ਪਾਉਣੀ ਆ। ਠੀਕ ਹੈ ਜੀ, ਅੱਧੇ ਇੰਚ ਤੋਂ ਵੀ ਘੱਟ ਮਤਲਬ ਕਿ। ਠੀਕ ਹੈ ਜੀ, ਲਓ ਜੀ ਹੁਣ ਆਪਾਂ ਜਿਹੜਾ ਸਾਈਡ ਦਾ ਕੱਪੜਾ ਪਹਿਲਾਂ ਉਹ ਵੀ ਐਕਸਟਰਾ ਨਾਲ ਦੀ ਨਾਲ ਉਤਾਰ ਦਾਂਗੇ। ਠੀਕ ਹੈ ਜੀ, ਲਓ ਜੀ ਆਪਾਂ ਵੀ ਉਤਾਰਤਾ ਹੁਣ। ਠੀਕ ਹੈ ਜੀ, ਇੱਥੋਂ ਆਪਾਂ ਹੁਣ ਦੇਖੋ ਫਰੰਟ ਵਾਲਾ ਪੱਲਾ ਚੱਕਣਾ ਆ। ਠੀਕ ਹੈ ਜੀ, ਅੱਗੇ ਵਾਲਾ ਪੱਲਾ ਚੱਕ ਕੇ ਆਪਾਂ ਜਿਹੜੇ ਇਹਦਾ ਕਾਟ ਦਾ ਨਿਸ਼ਾਨ ਲਗਾਇਆ ਸੀ 1 ਇੰਚ ਤੋਂ ਆਪਾਂ ਉਹਦੀ ਕਟਿੰਗ ਕਰਾਂਗੇ। ਠੀਕ ਹੈ ਜੀ, ਲਓ ਜੀ। ਠੀਕ ਹੈ ਜੀ, ਕਮੀਜ਼ ਦੋਨੋਂ ਪੱਲੇ ਆਪਣੇ ਕੱਟ ਕੇ ਰੈਡੀ ਆ। ਠੀਕ ਹੈ ਜੀ, ਹੁਣ ਆਪਾਂ ਪਲੇਟਾਂ ਦੇ ਨਿਸ਼ਾਨ ਲਗਾ ਦਾਂਗੇ। ਠੀਕ ਹੈ ਜੀ, ਠੀਕ ਹੈ ਜੀ, ਇੱਦਾਂ ਪੈਨਸਲ ਲੈ ਕੇ ਜਾਂ ਸੂਈ ਨਾਲ ਤੁਸੀਂ ਸੌਖੇ ਤਰੀਕੇ ਨਾਲ ਵੀ ਪਾ ਸਕਦੇ ਹੋ। ਠੀਕ ਹੈ ਜੀ, ਇੱਦਾਂ ਕਰਕੇ ਨਿਸ਼ਾਨ ਆਪਣੇ ਜਿਹੜੇ ਇੱਧਰ ਲੱਗ ਗਿਆ। ਠੀਕ ਹੈ ਜੀ, ਆਪਾਂ ਨਿਸ਼ਾਨ ਲਾ ਕੇ ਨਾਲ ਦੀ ਨਾਲ ਆਪਾਂ ਜਿਹੜੇ ਸਿੱਧੇ ਕਰ ਦਾਂਗੇ। ਠੀਕ ਹੈ ਜੀ, ਸਕੇਲ ਨਾਲ ਜਦੋਂ ਤੁਸੀਂ ਨਿਸ਼ਾਨ ਲਗਾਉਂਦੇ ਹੋ ਨਾਲ ਦੀ ਨਾਲ ਉਹਨੂੰ ਸਿੱਧੇ ਕਰ ਦਿਆ ਕਰੋ। ਠੀਕ ਹੈ ਜੀ, ਲਓ ਜੀ ਠੀਕ ਹੈ ਜੀ, ਕਿਉਂਕਿ ਜੇ ਕਟਾਈ ਵਧੀਆ ਹੋਊਗੀ ਨਾ, ਪ੍ਰੋਪਰ ਵਧੀਆ ਕਟਾਈ ਹੋਊਗੀ ਤਾਂ ਸਿਲਾਈ ਵੀ ਇੱਕਦਮ ਵਧੀਆ ਹੁੰਦੀ ਹੈ। ਠੀਕ ਹੈ ਜੀ, ਹੌਲੀ ਹੌਲੀ ਹੋ ਜਾਂਦਾ ਕੰਮ ਸਾਰਾ। ਠੀਕ ਹੈ ਜੀ, ਪਰ ਸਫਾਈ ਨਾਲ ਹੋਵੇ ਤਾਂ ਵਧੀਆ ਹੋ ਜਾਂਦਾ ਹੈ। ਠੀਕ ਹੈ ਜੀ, ਕਿਉਂਕਿ ਹੁਣ ਨਵੇਂ ਸਿੱਖਣ ਵਾਲਿਆਂ ਨੂੰ ਮਤਲਬ ਕਿ ਜਿਹੜਾ ਆ ਟਾਈਮ ਲਾ ਕੇ ਹੋਊਗਾ ਤਾਂ ਹੌਲੀ ਹੌਲੀ ਜਿਹੜਾ ਆ ਨਾ ਸਫਾਈ ਨਾਲ ਆਪਣਾ ਕੰਮ ਹੋਊਗਾ। ਠੀਕ ਹੈ ਜੀ, ਲਓ ਜੀ ਇੱਥੇ ਆਪਾਂ ਕੱਟ ਲਗਾ ਲਾਂਗੇ, ਫਿਟਿੰਗ ਦੇ ਨਿਸ਼ਾਨ 'ਤੇ ਵੀ, ਕਮਰ ਦੇ ਨਿਸ਼ਾਨ 'ਤੇ, ਹਿੱਪ ਦੇ ਨਿਸ਼ਾਨ 'ਤੇ। ਠੀਕ ਹੈ ਜੀ, ਜਿਹੜੀ ਤੁਸੀਂ ਫਿਟਿੰਗ ਸਿਲਾਈ ਲਾਉਂਦੇ ਹੋ ਠੀਕ ਹੈ ਜੀ, ਉਹ ਨਾ ਮਤਲਬ ਕਿ ਜਿਵੇਂ ਆਪਣਾ ਪਲੇਟਾਂ ਵਾਲਾ ਸੂਟ ਆ ਉਹਨੂੰ ਅੱਧਾ ਇੰਚ ਨੀਚੇ ਰੱਖ ਕੇ ਨਾ ਫਿਰ ਫਿਟਿੰਗ ਦਾ ਨਿਸ਼ਾਨ ਲਗਾਇਆ ਕਰੋ। ਠੀਕ ਹੈ ਜੀ, ਪੱਲੇ ਬਰਾਬਰ ਕਰਕੇ ਨਾ ਲਗਾਇਆ ਕਰੋ, ਤਾਂ ਵੀ ਇੱਕ ਕਾਰਨ ਆ ਕਿਉਂਕਿ ਜਿਹੜਾ ਗਲਾ ਆਪਣਾ ਉੱਪਰ ਨੂੰ ਚੜ੍ਹਦਾ ਆ। ਠੀਕ ਹੈ ਜੀ, ਅੱਧਾ ਇੰਚ ਉਹ ਘੱਟ ਜਾਂਦੇ ਜਦੋਂ ਆਪਾਂ ਪਲੇਟਾਂ ਪਾ ਦਿੰਦੇ ਹਾਂ। ਹਾਂਜੀ, ਹੁਣ ਆਪਾਂ ਕੱਟਾਂਗੇ ਬਾਹਾਂ ਦੀ ਕਟਾਈ ਕਰਾਂਗੇ। ਠੀਕ ਹੈ ਜੀ, ਆਹ ਦੇਖੋ ਜਿਵੇਂ ਆਪਾਂ ਸਾਈਡ 'ਤੇ ਜਿਹੜੀਆਂ ਬਾਹਾਂ ਆਪਣੀਆਂ ਉਤਰੀਆਂ ਸੀਗੀਆਂ। ਠੀਕ ਹੈ ਜੀ, ਬਾਹਾਂ ਦੀ ਲੰਬਾਈ ਆਪਾਂ ਰੱਖਣੀ ਆ 12 ਇੰਚ ਆਪਾਂ ਤਿਆਰ ਕਰਨੀ ਆ। ਠੀਕ ਹੈ ਜੀ, ਦੇਖੋ ਫੋਲਡਿੰਗ ਵਾਲੀ ਜਿਹਾ ਕੱਪੜਾ ਆਪਣੇ ਕੋਲ ਹੈਗਾ ਆ ਪਹਿਲਾਂ ਹੀ। ਠੀਕ ਹੈ ਜੀ, ਆਪਾਂ 13 ਇੰਚ ਲੈ ਲਾਂਗੇ ਸਿਲਾਈ ਵਾਸਤੇ। ਠੀਕ ਹੈ ਜੀ, ਫੋਲਡਿੰਗ ਵਾਸਤੇ ਆਪਣੇ ਕੋਲ 1.5 ਇੰਚ ਮਾਰਜਨ ਹੈਗਾ ਸੀ। 12 ਇੰਚ ਆਪਾਂ ਤਿਆਰ ਕਰਨੀ, ਆਪਾਂ 13 ਇੰਚ ਨੂੰ ਕਟਾਈ ਕਰ ਲਾਂਗੇ। ਲਓ ਜੀ, ਪਹਿਲਾਂ ਆਪਾਂ ਇੱਕ ਪੀਸ ਤਾਰ ਲਿਆ। ਠੀਕ ਹੈ ਜੀ, ਹੁਣ ਜਿਹੜਾ ਇਹਦਾ ਜੋੜ ਦਾ ਕੱਪੜਾ ਲਗਾਉਣਾ ਉਹ ਇਹਦੇ ਨਾਲ ਹੀ ਅਟੈਚ ਸੀ। ਠੀਕ ਹੈ ਜੀ, ਉਹ ਆਪਾਂ ਜੋੜ ਲਾਵਾਂਗੇ ਹੁਣ ਇਹਨੂੰ।
ਦੋਨੇ ਬਾਹਾਂ ਆਪਣੀਆਂ ਜਿਹੜੀਆਂ ਇਸ ਤਰ੍ਹਾਂ ਹੀ ਉਤਰਨੀਆਂ ਨੇ, ਠੀਕ ਹੈ ਜੀ। ਆਹ ਦੇਖੋ, ਚਾਹੇ ਤੁਸੀਂ ਇਹਦੀ ਪੌਣੀ ਬਾਂਹ ਬਣਾ ਲਓ, ਚਾਹੇ ਤੁਸੀਂ ਇਹਦੀ ਅੱਧੀ ਬਾਂਹ ਦਾ ਬਣਾ ਲਓ, ਠੀਕ ਹੈ ਜੀ। ਆਹ ਦੇਖੋ, ਇਹ ਸਾਈਡ 'ਤੇ ਆਪਣਾ ਜਿਹੜਾ ਜੋੜ ਪਊਗਾ, ਠੀਕ ਹੈ ਜੀ। ਬਾਰਡਰ ਆਪਾਂ ਸੈਂਟਰ 'ਚ ਕਰ ਦੇਣਾ ਆ, ਠੀਕ ਹੈ ਜੀ। ਦੋਨੇ ਪਾਸੇ 'ਤੇ ਜੋੜ ਜਿਹੜਾ ਪੈਣਾ ਆ, ਇਹ ਜੋੜ ਬਿਲਕੁਲ ਇਕੁਅਲ ਪੈਣਾ, ਕਿਉਂਕਿ ਘੱਟ ਵੱਧ ਨਹੀਂ ਪੈਣਾ ਹੈਗਾ, ਠੀਕ ਹੈ ਜੀ। ਕਿਉਂਕਿ ਮੋਢਾ ਵੀ ਆਪਣਾ ਜਿਹੜਾ ਪੂਰਾ ਕਰਨਾ ਆਪਾਂ ਇਹਦੇ ਵਿੱਚ। ਹੁਣ ਆਪਾਂ ਇਹਨੂੰ ਤੁਹਾਨੂੰ ਦੱਸਾਂਗੇ ਜੋੜ ਲਗਾ ਕੇ, ਠੀਕ ਹੈ ਜੀ। ਦੋਨੇ ਬਾਹਾਂ ਆਪਾਂ ਇਸ ਤਰ੍ਹਾਂ ਉਤਾਰ ਲੈਣੀਆਂ, ਠੀਕ ਹੈ ਜੀ। ਫੁੱਲ ਸਿੱਧੇ ਕਰ ਲੈਣੇ ਪਹਿਲਾਂ ਆਪਾਂ, ਦੇਖੋ ਇਹਦੇ, ਠੀਕ ਹੈ ਜੀ। ਦੇਖੋ ਇਸ ਤਰ੍ਹਾਂ ਘੁਮਾ ਕੇ ਜਿੱਧਰ ਨੂੰ ਫੁੱਲਾਂ ਦੀ ਸ਼ੇਪ ਹੈਗੀ ਆਪਾਂ ਉੱਧਰ ਨੂੰ ਲਗਾ ਕੇ ਇਹਦੇ ਜੋੜ ਲਗਾ ਦਾਂਗੇ, ਠੀਕ ਹੈ ਜੀ। ਹੁਣ ਤੁਹਾਨੂੰ ਜੋੜ ਲਗਾ ਕੇ ਦਿਖਾਉਂਦੇ ਆਪਾਂ, ਦੇਖੋ, ਠੀਕ ਹੈ ਜੀ। ਦੋਨੇ ਪਾਸੇ ਜੋੜ ਪੈ ਗਏ, ਉੱਪਰ ਨਾ ਦਬਵੀਂ ਸਿਲਾਈ ਲਾ ਦਿਆ ਕਰੋ, ਠੀਕ ਹੈ ਜੀ। ਫਿਰ ਪੱਕਾ ਹੋ ਜਾਂਦਾ ਨਾਲੇ ਜੋੜ, ਨਾਲੇ ਫਿਰ ਸਿਲਾਈ, ਫਿਰ ਉਹ ਜਿਹੜੀ ਉੱਪਰ ਨੂੰ ਦਿਖਦੀ ਵੀ ਨਹੀਂ ਹੈਗੀ ਉੱਠੀ ਹੋਈ, ਜਦੋਂ ਆਪਾਂ ਇੱਕ ਸਿਲਾਈ ਲਗਾਉਂਦੇ ਹਾਂ, ਠੀਕ ਹੈ ਜੀ। ਦੋਨੇ ਬਾਹਾਂ ਆਪਾਂ ਇਸੇ ਤਰ੍ਹਾਂ ਤਿਆਰ ਕਰ ਲਈਆਂ, ਠੀਕ ਹੈ ਜੀ। ਹੁਣ ਆਪਾਂ ਪਾਵਾਂਗੇ ਇਹਦੀ ਮੋਢੇ ਦੀ ਕਾਟ, ਠੀਕ ਹੈ ਜੀ। ਬਾਹਾਂ ਦੀ ਤਿਆਰ ਹੈਗੀ ਹੈ 6 ਇੰਚ, ਆਪਾਂ 2 ਇੰਚ ਵੱਧ ਰੱਖਾਂਗੇ ਮੂਹਰੀ ਤੋਂ, 8 ਇੰਚ ਆਪਾਂ ਰੱਖ ਲਈ, ਠੀਕ ਹੈ ਜੀ। 3 ਇੰਚ ਤੋਂ ਆਪਾਂ ਇਹਦੀ ਕਾਟ ਪਾਵਾਂਗੇ, ਠੀਕ ਹੈ ਜੀ। ਛਾਤੀ ਦੇ ਹਿਸਾਬ ਨਾਲ ਆਪਾਂ ਇਹਦੀ ਕਾਟ ਪਾਉਣੀ ਹੁੰਦੀ ਹਾਂ ਮੈਂ, ਠੀਕ ਹੈ ਜੀ। ਜਿਵੇਂ 21.5 ਆ, ਠੀਕ ਹੈ ਜੀ। ਆਪਾਂ 1 ਇੰਚ ਘਟਾ ਕੇ 20.5 ਇੰਚ 'ਤੇ ਮਤਲਬ ਹੋ ਗਿਆ, ਠੀਕ ਹੈ ਜੀ। ਇਹ ਆਪਣੇ 10.25 ਇੰਚ 'ਤੇ ਇਹ ਆ ਜੂਗੀ, ਠੀਕ ਹੈ ਜੀ। ਮਤਲਬ ਇਹ ਜਿੰਨੀ ਆਪਣੀ ਤਿਆਰ ਹੋਊਗੀ, 9.25-9.5 ਆਪਣਾ ਜਿਹੜਾ ਮੋਢਾ ਤਿਆਰ ਹੋਊਗਾ, ਠੀਕ ਹੈ ਜੀ। ਆਪਾਂ ਉਤੋਂ ਉਹਦੇ ਨਾਲ ਵੱਧ ਰੱਖ ਲੈਂਦੇ ਹੁੰਦੇ ਹਾਂ ਇਹਨੂੰ, ਠੀਕ ਹੈ ਜੀ। ਛਾਤੀ ਦੇ ਅਕੋਰਡਿੰਗ ਹੀ ਮੈਂ ਰੱਖਦੀ ਹੁੰਦੀ ਹਾਂ ਹਮੇਸ਼ਾ ਇਹਨੂੰ। ਇਸ ਤਰ੍ਹਾਂ ਬਿਲਕੁਲ ਪੂਰੀ ਆ ਜਾਂਦੀ ਆ, ਠੀਕ ਹੈ ਜੀ। ਕੱਪੜਾ ਘੱਟਦਾ ਨਹੀਂ ਹੈਗਾ, ਵੱਧ ਭਾਵੇਂ ਜਾਵੇ ਪਰ ਘੱਟਦਾ ਨਹੀਂ ਹੈਗਾ ਬਾਂਹ ਦਾ ਕੱਪੜਾ, ਠੀਕ ਹੈ ਜੀ। ਮੋਢੇ ਤੋਂ ਇੱਥੋਂ ਆਪਾਂ ਇਸ ਤਰ੍ਹਾਂ ਇੰਚੀ ਟੇਪ ਸਿੱਧਾ ਮਿਲਾ ਲੈਣਾ ਆ, ਠੀਕ ਹੈ ਜੀ। ਦੇਖੋ ਹੁਣ ਇਹਦਾ ਆਪਾਂ ਹਾਫ ਕਰ ਲਿਆ ਇਸ ਤਰ੍ਹਾਂ, ਠੀਕ ਹੈ ਜੀ। ਇੱਥੋਂ ਆਪਾਂ ਦੱਸ ਤੁਹਾਨੂੰ ਆਪਾਂ ਜਿਵੇਂ ਹੁਣ ਆਪਾਂ 1 ਇੰਚ ਰੱਖ ਲਿਆ, 1.5 ਇੰਚ ਨਿਸ਼ਾਨ ਦੇ ਇੱਧਰ, 1.5 ਇੰਚ ਨਿਸ਼ਾਨ ਦੇ ਨੀਚੇ, 1.5 ਉੱਪਰ, ਠੀਕ ਹੈ ਜੀ। ਉੱਪਰ ਵਾਲੇ ਨਿਸ਼ਾਨ ਤੋਂ ਆਪਾਂ ਜਿਹੜੀ ਆ ਬੈਕ ਵਾਲੀ ਕਾਟ ਪਾ ਦੇਣੀ ਆ, ਠੀਕ ਹੈ ਜੀ। ਨੀਚੇ ਵਾਲੇ ਨਿਸ਼ਾਨ ਤੋਂ ਅੱਗੇ ਵਾਲੀ ਕਾਟ ਪਾ ਦੇਣੀ ਆ, ਠੀਕ ਹੈ ਜੀ। ਦੋਨੋਂ ਕਾਟਾਂ ਆਪਾਂ 1 ਇੰਚ ਦੇ ਨਿਸ਼ਾਨ ਤੋਂ ਪਾ ਦੇਣੀ ਆ, ਦੇਖੋ, ਠੀਕ ਹੈ ਜੀ। ਹੁਣ ਆਪਾਂ ਕਟਿੰਗ ਕਰਾਂਗੇ, ਲਓ ਜੀ। ਦੋਨੋਂ ਪੱਲੇ ਆਪਾਂ ਪਹਿਲਾਂ ਖੋਲ੍ਹ ਲੈਣੇ ਆ, ਦੇਖੋ ਦੋਨੇ ਬਾਹਾਂ ਮੈਂ ਇਕੱਠੀਆਂ ਰੱਖੀਆਂ ਸੀਗੀਆਂ, ਠੀਕ ਹੈ ਜੀ। ਇੱਦਾਂ ਕਰਕੇ ਨਾ ਦੋਨੋਂ ਮਤਲਬ ਬਾਹਾਂ ਖੋਲ੍ਹ ਕੇ ਇਸ ਤਰ੍ਹਾਂ ਇੱਕ ਪਾਸੇ ਤੋਂ ਆਪਾਂ ਨੇ ਫਿਰ ਕਾਟ ਪਾ ਲੈਣੀ ਆ, ਦੇਖੋ, ਠੀਕ ਹੈ ਜੀ। ਲਓ ਜੀ, ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ, ਠੀਕ ਹੈ ਜੀ। ਔਰ ਲਾਈਕ ਵੀ ਕਰਿਓ ਔਰ ਸ਼ੇਅਰ ਵੀ ਜ਼ਰੂਰ ਕਰਿਓ, ਠੀਕ ਹੈ ਜੀ। ਹੋਰ ਵੀਡੀਓ ਦੇਖਣ ਲਈ ਬੈਲ ਆਈਕਨ ਜ਼ਰੂਰ ਪ੍ਰੈਸ ਕਰਿਓ, ਠੀਕ ਹੈ ਜੀ, ਤਾਂ ਤੁਹਾਨੂੰ ਹਰ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ। ਥੈਂਕ ਯੂ ਜੀ, ਧੰਨਵਾਦ ਜੀ।